ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਦਿਲਵੀਰ ਸਿੰਘ ਨਾਲ ਜਿਨ੍ਹਾਂ ਦਾ ਜਿਨ੍ਹਾਂ ਦੇ ਨਾਲ ਇਹਦੀ ਲੜਾਈ ਝਗੜਾ ਵਕਾ ਕੇ ਕਤਲ ਸ਼ੋਹ ਕੀਤਾ ਗਿਆ ਉਹਦੇ ਨਾਲ ਵਾਤੀ ਸਾਂਝੀ ਕੋਈ ਨਹੀਂ ਐਚ ਐਚਓ ਆਪ ਹੀ ਲਿਖੀ ਜਾਂਦਾ ਸੀ ਕਹਿੰਦਾ ਕੋਈ ਨਾ ਪੁੱਤ ਮੈਂ ਤੇਰੇ ਹੱਕ ਦੀ ਗੱਲ ਲਿਖੀ ਜਾਂਦਾ ਤੂੰ ਘੁੱਗੀ ਮਾਰੀ ਚੱਲ ਤੌਰ 'ਤੇ ਮੈਂ ਤੁਹਾਨੂੰ ਦੋ ਤਿੰਨ ਇਨਸੀਡੈਂਟ ਦੱਸਣਾ ਚਾਹੁੰਦਾ ਜਿਹੜੇ ਅਖਬਾਰ 'ਚ ਨਹੀਂ ਆਏ ਆ ਜਿਹੜੇ ਪਰਿਵਾਰ ਨੇ ਮੈਨੂੰ ਦੱਸੇ ਆ ਪੋਲੀਟੀਕਲ ਮਰਡਰ ਚੀਫ ਪਾਰਲੀਮੈਂਟਰੀ ਸੈਕਟਰੀ ਅਜ ਮਨਿਸਟਰ ਬਣ ਕੇ ਅਜ ਉਹਨਾਂ ਦੇ ਇਸ਼ਾਰੇ ਤੇ ਕਹਿ ਲੋ ਉਹਨਾਂ ਦੀ ਸਰਪ੍ਰਸਤੀ ਤੇ ਕਹਿ ਲੋ ਅੱਜ ਉਹਦਾ ਕਤਲ ਕਰਤਾ ਹੈ ਔਰ ਉਹ ਬੰਦੇ ਸਾਰੀ ਕਾਂਗਰਸ ਦੇ ਸਪੋਰਟਰ ਬੀਤੇ ਦਿਨੀ ਗੁਰਦਾਸਪੁਰ ਜ਼ਿਲ੍ਹੇ ਦੇ ਸਾਬਕਾ ਕਾਲੀ ਸਰਪੰਚ ਦਲਬੀਰ ਸਿੰਘ ਢਿਲਵਾ ਦੇ ਕਤਲ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਅਸਲ ਵਿੱਚ ਕਾਲੀ ਦਲ ਨੇ ਕਤਲ ਮਾਮਲੇ ਵਿੱਚ ਪੁਲਸੀਆ ਕਾਰਵਾਈ ਤੇ ਸਵਾਲ ਖੜੇ ਕੀਤੇ ਨੇ ਕਤਰਾਂ ਤੋਂ ਬਾਅਦ ਸ਼ਰਮਣੀ ਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਅੱਜ ਮ੍ਰਿਤਕ ਸਰਪੰਚ ਦੇ ਘਰ ਪਹੁੰਚੇ ਜਿੱਥੇ ਉਹਨਾਂ ਇਲਜ਼ਾਮ ਲਗਾਇਆ ਕਿ ਇਹ ਕਤਲ ਜ਼ਮੀਨੀ ਵਿਵਾਦ ਕਰਕੇ ਨਹੀਂ ਸਗੋਂ ਸਿਆਸੀ ਰੰਜਿਸ਼ ਕਰਕੇ ਹੋਇਆ ਹੈ ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਪੁਲਸ ਨੇ ਜੋ ਬਿਆਨ ਲਿਖੇ ਨੇ ਉਹ ਪਰਿਵਾਰ ਦੇ ਮੁਤਾਬਕ ਨਹੀਂ ਸਗੋਂ ਆਪਣੀ ਮਨਮਰਜ਼ੀ ਨਾਲ ਲਿਖੇ ਨੇ ਇਮਾਨਦਾਰ ਸਿਰਕੱਢ ਆਗੂ ਦਿਲਬੀਰ ਸਿੰਘ ਢਿਲਵਾ ਸਾਹਿਬ ਜਿਨ੍ਹਾਂ ਨੇ ਪਿੰਡ 'ਚ ਲੰਬਾ ਸਭਾ ਸਰਪੰਚੀ ਵੀ ਕੀਤੀ ਆ ਉਹਨਾਂ ਦਾ ਬੇਰਹਿਮੀ ਨਾਲ ਇੱਕ ਗਿਣੀ ਮਿਥੀ ਅੱਜ ਉਹਦਾ ਕਤਲ ਕਰਤਾ ਗਿਆ ਔਰ ਉਹ ਬੰਦੇ ਸਾਰੀ ਕਾਂਗਰਸ ਦੇ ਸਪੋਰਟਰ ਹੈ ਦੁੱਖ ਇਸ ਗੱਲ ਦਾ ਔਰ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਪਰਿਵਾਰ ਨਾਲ ਬਹਿ ਕੇ ਸਾਰੇ ਵਿਚਾਰਾਂ ਕਰਨ ਤੋਂ ਬਾਅਦ ਅੱਜ ਤੁਹਾਡੇ ਰੂਹਬਰੂ ਹੋ ਰਿਹਾ ਕਿ ਅੱਜ ਅਖਬਾਰਾਂ 'ਚ ਮੈਂ ਪੜਿਆ ਕਿ ਅਖਬਾਰਾਂ 'ਚ ਪੁਲਿਸ ਨੇ ਕੀ ਗੱਲ ਪੇਸ਼ ਕੀਤੀ ਆ ਜਾਂ ਅਖਬਾਰਾਂ ਨੂੰ ਮਿਸਗਾਈਡ ਕਰਕੇ ਕਹਿ ਲੋ ਜੋ ਅਖਵਾ ਐਫ ਆਈ ਆਰ ਦਰਜ ਕੀਤੀ ਗਈ ਆ ਉਹਦੇ 'ਚ ਲਿਖਤਾ ਜੀ ਵੱਟ ਦਾ ਰੌਲਾ ਸੀ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਦਿਲਬੀਰ ਸਿੰਘ ਨਾਲ ਜਿਨ੍ਹਾਂ ਦਾ ਜਿਨ੍ਹਾਂ ਦੇ ਨਾਲ ਇਹਦੀ ਲੜਾਈ ਝਗੜਾ ਵਖਾ ਕੇ ਕਤਲ ਸ਼ੋਅ ਕੀਤਾ ਗਿਆ ਉਹਦੇ ਨਾਲ ਵਾਟੀ ਸਾਂਝੀ ਕੋਈ ਨਹੀਂ ਸੋ ਵਾਟ ਨਾਲ ਰੌਲਾ ਕਿਵੇਂ ਪਾਤਾ ਫਿਰ ਮੈਂ ਮੁੰਡੇ ਨਾਲ ਗੱਲ ਕੀਤੀ ਮੈਂ ਕਿਹਾ ਤੂੰ ਦੱਸ ਕਹਿੰਦਾ ਜੀ ਮੈਂ ਤਾਂ ਐਡੇ ਡਿਸਟਰਬ ਸੀ ਜੋ ਹਾਲਾਤੋਂ ਤੋਂ ਬਣੇ ਸੀ ਐਸਐਚਓ ਆਪ ਹੀ ਲਿਖੀ ਜਾਂਦਾ ਸੀ ਕਹਿੰਦਾ ਕੋਈ ਨਾ ਪੁੱਤ ਮੈਂ ਤੇਰੇ ਹੱਕ ਦੀ ਗੱਲ ਲਿਖੀ ਜਾਂਦਾ ਤੂੰ ਘੁੱਗੀ ਮਾਰੀ ਚੱਲ ਕੀ ਪੁਲਿਸ ਦਾ ਇਹ ਕੰਮ ਰਹਿ ਗਿਆ ਜਦੋਂ ਪਰਿਵਾਰ ਦੇ ਸਡਨਲੀ ਐਡਾ ਵੱਡਾ ਕਤਲ ਹੋਇਆ ਤੁਸੀਂ ਆਪ ਜਾਣਦੇ ਹੋ 6 ਗੋਲੀਆਂ ਮਾਰੀਆਂ ਗਈਆਂ ਨੇ ਜਿਗਰ ਤਾਂ ਹੋ ਰਿਹਾ ਕਿ ਵੱਧ ਨੇ ਮਗਰ ਜੋ ਕਹਿ ਰਿਹਾ 6 ਗੋਲੀਆਂ ਨਿਕਲੀਆਂ ਬਾਡੀ ਚ ਲੱਤਾਂ ਵੱਡਤੀਆਂ ਗਈਆਂ ਨੇ ਧੌਣ ਵੱਡਤੀ ਗਈ ਆ ਜਿਸ ਬੇਰਹਿਮੀ ਨਾਲ ਕਤਲ ਕੀਤਾ ਤੁਸੀਂ ਸਮਝ ਸਕਦੇ ਹੋ ਕਿ ਵੱਟਾਂ ਦੇ ਤੇ ਪਾਣੀ ਦੇ ਝਗੜੇ ਤਾਂ ਰੋਜ਼ ਹੁੰਦੇ ਤੇ ਕੀ ਇਹ ਗੱਲ ਆ ਤੇ ਜਿੱਦੇ ਨਾਲ ਵੱਟ ਸਾਂਝੀ ਕੋਈ ਨਹੀਂ ਫਿਰ ਜੋ ਅਸੀਂ ਸਾਰੇ ਪਰਿਵਾਰ ਦੇ ਜ਼ਿੰਮੇਵਾਰ ਸੱਜਣਾ ਨਾਲ ਜੋ ਹੁਣ ਗੱਲ ਕੀਤੀ ਆ ਲਾਅ ਐਂਡ ਆਰਡਰ ਦਾ ਕਲਾਪਸ ਵੇਖੋ ਕੀ ਹੋ ਗਿਆ ਅੱਜ ਜਗਮੇਲ ਸਿੰਘ ਦਾ ਸੰਗਰੂਰ ਜ਼ਿਲ੍ਹੇ 'ਚ ਹੋਇਆ ਇਸ ਤੋਂ ਪਹਿਲਾਂ ਆ ਥੋੜੇ ਜ਼ਿਲ੍ਹੇ 'ਚ ਫੇਰੋਚੀ ਚੀਚ ਸਾਹ 78 ਸਾਲ ਦੇ ਬਜ਼ੁਰਗ ਉਹਦਾ ਵੀ ਕੇਸ ਵਖਾਤਾ ਸੀਗਾ ਜੀ ਇਹ ਤਾਂ ਐਵੇਂ ਲੰਘਦੇ ਦਾ ਤਲਕੀ ਹੋ ਗਈ ਔਰ ਉਹਦੇ 'ਚ ਵੀ ਪੁਲਿਸ ਨੇ ਕਾਰਵਾਈ ਕੋਈ ਨਹੀਂ ਕੀਤੀ ਅਖੀਰ 'ਚ ਹਾਈ ਕੋਰਟ ਦੇ ਇੰਟਰਵੈਂਸ਼ਨ ਨਾਲ ਉਹਨਾਂ ਨੂੰ ਫੜਿਆ ਫੜਿਆ ਉਹ ਫੜੇ ਗਏ ਦੋਸ਼ੀ ਕਿਉਂ ਨਹੀਂ ਫੜੇ ਜਾਂਦੇ ਸੀ ਕਿਉਂਕਿ ਉਹ ਕਾਂਗਰਸ ਦੇ ਬੜੇ ਵੱਡੇ ਸਪੋਰਟਰ ਸਨ ਅੱਜ ਵੀ ਇਹ ਜਿਹੜੇ ਬੰਦਿਆਂ ਨੇ ਕਤਲ ਕੀਤਾ ਇਹਨਾਂ ਨਾਲ ਮੈਂ ਜੋ ਪਤਾ ਕੀਤਾ ਦਲਬੀਰ ਸਿੰਘ ਦਾ ਮਸਲਾ ਹੀ ਕੋਈ ਨਹੀਂ ਮਸਲਾ ਸਿਰਫ ਇਹਨਾਂ ਕਿ ਉਹ ਕਾਂਗਰਸ ਪਾਰਟੀ ਨਾਲ ਸੰਬੰਧਿਤ ਨੇ ਤੇ ਦਲਬੀਰ ਸਿੰਘ ਸ਼ਰੋਮਣੀ ਅਕਾਲੀ ਦਲ ਦਾ ਸਿਰ ਕੱਢ ਆਗੂ ਹੈ ਇਹ ਇੱਕ ਸਿਆਸੀ ਕਤਲ ਹੋਇਆ ਸਿਆਸੀ ਸਰਪ੍ਰਸਤੀ ਹੇਠ ਹੋਇਆ ਬੜੀ ਪਲੈਨਿੰਗ ਨਾਲ ਹੋਇਆ ਨਹੀਂ ਤਾਂ ਉਹਨਾਂ ਦਾ ਬਜ਼ੁਰਗ ਘਰੇ ਆਵੇ ਜੇ ਜਿਹੜਾ ਇਸ ਘਰ 'ਚ ਆ ਕੇ ਵੇਖ ਕੇ ਜਾਵੇ ਕਿ ਕੌਣ-ਕੌਣ ਸੀ ਉਹ ਚਾਹ ਪੀ ਕੇ ਜਾਵੇ ਔਰ 10-5 ਮਿੰਟ ਬਾਅਦ ਜੇ ਕੋਈ ਤਲਖੀ ਹੁੰਦੀ ਜਾਂ ਕੋਈ ਇਹੋ ਜੀ ਗੱਲ ਹੁੰਦੀ ਤੇ ਦਿਲਬੀਰ ਕੱਲਾ ਚੱਲ ਕੇ ਜਾਂਦਾ ਉੱਥੇ ਸੀ ਕੋਈ ਗੱਲ ਨਹੀਂ ਸ਼ਾਂਤ ਉਹ ਉਹ ਇੱਕ ਦੂਜੇ ਨੂੰ ਚਾਚਾ ਜੀ ਚਾਚਾ ਜੀ ਭਰਾ ਭਰਾ ਕਰਨ ਔਰ ਜਦੋਂ ਬਾਹਰ ਗਿਆ ਉਹਦਾ ਕਤਲ ਕਰਤਾ ਮਜੀਠੀਆ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਅਕਾਲੀ ਆਗੂ ਦਾ ਇਹ ਕਤਲ ਕਾਂਗਰਸ ਦੇ ਇਸ਼ਾਰੇ ਤੇ ਕੀਤਾ ਗਿਆ ਉਨਾ ਕਿਹਾ ਕਿ ਪੁਰਸ ਜਲਦੀ ਪੀੜਤ ਪਰਿਵਾਰ ਨੂੰ ਇਨਸਾਫ ਦਵਾਵੇ ਪਰ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਅਕਾਲੀ ਦਾ ਲੋਣਾ ਦੇ ਨਾਲੇ ਅਤੇ ਹਰ ਤਰ੍ਹਾਂ ਦੀ ਲੜਾਈ ਲਈ ਤਿਆਰ ਹੈ ਉਹਨੇ ਸਾਹਮਣੇ ਆ ਨਜਾਇਜ਼ ਅਸਲਾ ਦੀ ਵਰਤੋਂ ਹੋਈ ਆ ਕਿਸ ਤਰ੍ਹਾਂ ਕੀਤਾ ਗਿਆ ਇਹ ਸਾਰੀ ਚੀਜ਼ ਇੱਕ ਗੱਲ ਨੂੰ ਬੜੀ ਕਲੀਅਰਲੀ ਦਰਸਾਉਂਦਾ ਹੈ ਕਿ ਪੋਲਿਟੀਕਲ ਮਰਡਰ ਔਰ ਕਾਂਗਰਸ ਦੇ ਇਸ਼ਾਰੇ ਤੇ ਕਾਂਗਰਸ ਦੇ ਇੱਕ ਸੀਨੀਅਰ ਮਨਿਸਟਰ ਉਹਨਾਂ ਦੇ ਗਵਾਂਡ ਚ ਇਹ ਪਿੰਡ ਆ ਉਨ੍ਹਾਂ ਦੇ ਸਪੋਰਟਰਾਂ ਵੱਲੋਂ ਸਿਰਫ ਤੇ ਸਿਰਫ ਇਸ ਲਈ ਕੀਤਾ ਗਿਆ ਕਿ ਕੁਸ਼ਰੋਮਨੀ ਅਕਾਲੀ ਦਲ ਦੇ ਵਰਕਰ ਸਹਿਬਾਨ ਜੇ ਕੋਈ ਅੜਦਾ ਜੇ ਕੋਈ ਲੋਕਾਂ ਦੀ ਗੱਲ ਕਰਦਾ ਜੇ ਕੋਈ ਹੱਕ ਸੱਚ ਦੀ ਲੜਾਈ ਲੜਦਾ ਤੇ ਉਹ ਮੇਰੇ ਸਾਹਮਣੇ ਕੋਈ ਰਹਿਣਾ ਕਿਉਂਕਿ ਮੈਂ ਆਪ ਇੱਥੇ ਹੁਣ ਰਹਿ ਕੇ ਗਿਆ ਆ ਹੁਣੇ 9 ਤਰੀਕ ਦਾ ਪ੍ਰੋਗਰਾਮ ਸੀ ਸਭ ਨੂੰ ਪਤਾ ਇੱਥੇ ਕੀ ਸ਼ਿਕਾਰ ਮਾਸੀਆਂ ਚ ਮਾਹੌਲ ਬਣਾਇਆ ਜਾਂਦਾ ਹੈ ਗੁਰਦੁਆਰਾ ਸਾਹਿਬ ਨੂੰ ਜੇ ਤਾਲੇ ਲਵਾਏ ਜਾ ਰਹੇ ਦੱਸੋ ਕਾਦੇ ਗੁਰਦੁਆਰਾ ਸਾਹਿਬ ਨੂੰ ਕਾਦੇ ਤਾਲੇ ਲਦਣਤਾ ਗੁਰੂ ਦਾ ਮਨਾ ਰਿਹਾ 550 ਸਾਲ ਮਗਰ ਕਿਉਂ ਇਹ ਜਾ ਮਾਹੌਲ ਬਣਾਇਆ ਜਾਂਦਾ ਸੀ ਹਰ ਗੱਲ ਤੇ ਇਸ ਹਲਕੇ ਚ ਇਸ ਤਰੀਕੇ ਦੀ ਤਲਕੀਵਾਜੀ ਇਸ ਤਰੀਕੇ ਦਾ دہشت ਦਾ ਮਾਹੌਲ ਔਰ ਮੈਂ ਸਪਸ਼ਟ ਲਵਜਾਂ ਚ ਕਹਿ ਦਿਆਂ ਕਿ ਜਿਹੜੀ ਐਸ ਐਚਓ ਲੈਵਲ ਜਾਂ ਡੀ ਐਸ ਪੀ ਲੈਵਲ ਜਾਂ ਤਾਂ ਲਵਾਈਏ ਰਹੇ ਆ ਮੰਤਰੀ ਸਾਹਿਬ ਦੇ ਆਖੇ ਤੇ ਜਾਂ ਐਮ ਐਲ ਆ ਦੇ ਆਖੇ ਲੱਗ ਰਹੇ ਉਹਨਾਂ ਨੇ ਕੀ ਇਨਸਾਫ ਦੇ ਦੇਣਾ ਹੈ ਅਜ ਲਈ ਮੇਰੀ ਇੱਕ ਮੈਂ ਲਾਸਟ ਅਪੀਲ ਕਰਦਾ ਐਸ ਐਸ ਪੀ ਨੂੰ ਸਾਵਨ ਕੀ ਤੁਸੀਂ ਇਨਸਾਫ ਜੇ ਦੇ ਸਕਦੇ ਹੋ ਦਿਓ ਨਹੀਂ ਤਾਂ ਫਿਰ ਸਾਸੀ ਮਜਬੂਰ ਹੋਵਾਂਗੇ ਕਿ ਜਿੱਥੇ ਤੱਕ ਸਾਡੀ ਵਾਹ ਜਾਊਗੀ ਅਸੀਂ ਇਹ ਜਿਸ ਕੇਸ ਦੀ ਪੈਰਵਾਈ ਕਰਾਂਗੇ ਸ਼ਰੋਮਨੀ ਕਾਲੇ ਸਾਡੇ ਪਰਿਵਾਰ ਦਾ ਮੈਂਬਰ ਗਿਆ ਸ਼ਰੋਮਨੀ ਕਾਲੀ ਜਲਦੇ ਪਰਿਵਾਰ ਦਾ ਮੈਂਬਰ ਗਿਆ ਇਹ ਕੱਲਾ ਦਲਬੀਰ ਸਿੰਘ ਢਿਲਵਾ ਪਿੰਡ ਦਾ ਤਕਸੀਮਤ ਨਹੀਂ ਹੈ ਜੀ ਇਹ ਜਿਹਨੇ ਹਮੇਸ਼ਾ ਹੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੀ ਲੜਾਈ ਲੜੀ ਹੋਵੇ ਅੱਜ ਸਾਡਾ ਵਾਰ ਵੜਦਾ ਕਿ ਅਸੀਂ ਵੀ ਉਹਦੀ ਤਗੜੇ ਹੋ ਕੇ ਲੜਾਈ ਉਹ ਤੋਂ ਇਨਸਾਫ ਧੋਣ ਦੀ ਲੜਾਈ ਲੜੀ ਵਿਕਰਮ ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਇਹ ਕਤਲ ਮਰਹੂਮ ਭਾਜਪਾ ਵਿਨੋਦ ਖੰਨਾ ਦੇ ਵੋਟਾਂ ਵਿੱਚ ਖੜਨ ਸਮੇਂ ਹੋਈ ਤਕਰਾਰ ਕਰਨ ਸਿਆਸੀ ਕਿੜ ਕੱਢਣ ਲਈ ਕੀਤਾ ਗਿਆ ਇਸ ਵਿੱਚ ਉਹਨਾਂ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ ਨਾਮ ਵੀ ਜ਼ੋਰ-शोर ਨਾਲ ਲਿਆ ਯਾਰ ਮੈਂ ਤੁਹਾਨੂੰ 2-3 ਇਨਸੀਡੈਂਟ ਦੱਸਣਾ ਚਾਹੁੰਨਾ ਜਿਹੜੇ ਅਖਬਾਰ 'ਚ ਨਹੀਂ ਆਏ ਆ ਜਿਹੜੇ ਪਰਿਵਾਰ ਨੇ ਮੈਨੂੰ ਦੱਸੇ ਸਭ ਤੋਂ ਪਹਿਲਾਂ 2004 'ਚ ਜਦੋਂ ਵਿਨੋਦ ਖੰਨਾ ਜੀ ਇੱਥੋਂ ਇਲੈਕਸ਼ਨ ਐਮਪੀ ਦੀ ਲੜਦੇ ਸੀ ਉਹ ਉਸ ਵੇਲੇ ਇਸ ਪਿੰਡ 'ਚ ਬੂਥ ਕੈਪਚਰਿੰਗ ਕਾਂਗਰਸ ਵੱਲੋਂ ਕਰਵਾਈ ਜਾ ਰਹੀ ਸੀ ਕਿਉਂਕਿ ਉਸ ਵੇਲੇ ਦੀ ਸਰਕਾਰ 2002 ਤੋਂ ਸੱਤ ਕੈਪਟਨ ਅਮਰਿੰਦਰ ਸਿੰਘ ਦੀ ਸੀ ਔਰ ਰੰਦਾਵਾ ਸੁਖੀ ਰੰਦਾਵਾ ਉਦੋਂ ਚੀਫ ਪਾਰਲੀਮੈਂਟਰੀ ਸੈਕਟਰੀ ਸੀ ਔਰ ਉਸ ਵੇਲੇ ਸੁਖੀ ਰੰਦਾਵੇ ਨੂੰ ਇੱਥੇ ੱੱਕੇ ਵੱਜੇ ਸਨ ਔਰ ਇੱਥੇ ਬੜੀ ਪਿੰਡ 'ਚ ਤਿਲਕੋਬਾਜੀ ਹੋਈ ਸੀ ਉਦੋਂ ਵੀ ਇਹਨੂੰ ਆਪਣੇ ਦਿਲਬੀਰ ਨੂੰ ਉਹਦੇ ਭਤੀਜੇ ਨੂੰ ਹੋਰ ਪਰਿਵਾਰ ਦੇ ਜੀਵਾਂ ਨੂੰ ਸੀਆਈਏ ਥਾਣੇ ਫੜ ਕੇ ਕਟਾਇਆ ਗਿਆ ਸੀਗਾ ਔਰ ਇੱਥੇ ਬਰੋਹਦ ਖੰਨਾ ਜੀ ਆਪ ਆਏ ਸਨ ਔਰ ਮੁੜ ਕੇ ਫੇਰ ਇਲੈਕਸ਼ਨ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਦੋਂ ਵੀ ਇਹਨਾਂ ਪਰਿਵਾਰ ਦੇ ਜੀਵਾਂ ਵੱਲ ਤੇ ਕਿਉਂਕਿ ਕਾਂਗਰਸ ਦੀ ਸਰਕਾਰ ਸੀ ਫੇਰ ਪਰਚਾ ਹੋਇਆ ਸੀ ਕਈ ਅੰਦਰ ਰਹੇ ਸੀ ਕਈ ਛੋਟੇ ਬੱਚਿਆਂ ਤੇ ਵੀ ਪਰਚਾ ਹੋ ਗਿਆ ਸੀ ਜਿਹੜੇ 18 ਸਾਲ ਦੀ ਉਮਰ ਤੇ ਇਸ ਲਈ ਇੱਕ ਪੁਰਾਣੀ ਹਿਸਟਰੀ ਤੁਰ ਹੀ ਆਉਂਦੀ ਆ ਕਿ ਕਿਵੇਂ ਔਰ ਫਿਰ 7 ਤੋਂ 17 ਤੱਕ ਕਿਹੜਾ ਪਰਚਾ ਹੋਣਾ ਸੀ ਜੇ ਸਰਕਾਰ ਹੀ ਨਹੀਂ ਸੀ ਕਾਂਗਰਸ ਦੀ ਔਰ ਅੱਜ ਜੇ ਫੇਰ ਸਰਕਾਰ ਆਈ ਜੇ ਚੀਫ ਪਾਰਲੀਮੈਂਟਰੀ ਸੈਕਟਰੀ ਅੱਜ ਮਨਿਸਟਰ ਬਣ ਕੇ ਅੱਜ ਉਹਨਾਂ ਦੇ ਇਸ਼ਾਰੇ ਤੇ ਕਹਿ ਲਓ ਉਹਨਾਂ ਦੀ ਸਰਪ੍ਰਸਤੀ ਤੇ ਕਹਿ ਲਓ ਇਹ ਤਾਂ ਪੁਲਿਸ ਇਨਕੁਆਇਰੀ ਕਰੇ ਸੱਚਾਈ ਕੀ ਹੈ ਮਗਰ ਇਹ ਸਪਸ਼ਟ ਹੈ ਕਿ ਜੇਸ ਦਲਬੀਰ ਜਾਂਗੀਰ ਨੂੰ ਦਲਬੀਰ ਸਿੰਘ ਢਿਲਵਾ ਨੂੰ ਉਸ ਵੇਲੇ ਦੋ ਪਰਚਿਆਂ ਚ ਫਸਾਇਆ ਗਿਆ ਸੀਗਾ ਮੁੜ ਕੇ ਉਹਦੇ ਚ ਬਾਜਜਤ ਭਰੀ ਹੋਏ ਅੱਜ ਉਹਦਾ ਕਤਲ ਕਰਤਾ ਗਿਆ ਔਰ ਉਹ ਬੰਦੇ ਸਾਰੀ ਕਾਂਗਰਸ ਦੇ ਸਪੋਰਟਰ ਇਸ ਲਈ ਮੇਰੀ ਆਈਜੀ ਸਾਹਿਬ ਕੋਲੋਂ ਡੀਆਈਜੀ ਡੀਜੀਪੀ ਸਾਹਿਬ ਕੋਲੋਂ ਇਹ ਆਸ ਹੈ ਕਿ ਜੋ ਤੁਹਾਡੇ ਥਾਣੇਦਾਰ ਨੇ ਲਿਖਿਆ ਪਰਿਵਾਰ ਉਸ ਗੱਲਾਂ ਨਾਲ ਸਹਿਮਤ ਨਹੀਂ ਹੈ ਕਿਉਂਕਿ ਥਾਣੇਦਾਰ ਆਪ ਹੀ ਲਿਖੀ ਜਾਂਦਾ ਸੀ ਔਰ ਇਹਦੀ ਚੰਗੀ ਤਰ੍ਹਾਂ ਐਸਐਸਪੀ ਸਾਹਿਬ ਆਪ ਇਨਕੁਆਇਰੀ ਕਰਕੇ ਆਪ ਪਰਿਵਾਰ ਦੀ ਤਸੱਲੀ ਕਰਾਉਣ ਪਰਿਵਾਰ ਦੀਆਂ ਬੇਟੀਆਂ ਮੈਨੂੰ ਮਿਲੀਆਂ ਪਰਿਵਾਰ ਦੇ ਬੱਚੇ ਮਿਲੇ ਪਰਿਵਾਰ ਦੇ ਭਰਾ ਉਹ ਦਲਵੀਰ ਸਿੰਘ ਦੇ ਮਿਲੇ ਆ ਉਹਨਾਂ ਦੇ ਸਾਰੇ ਰਿਸ਼ਤੇਦਾਰ ਇੱਥੇ ਬੈਠੇ ਆ ਉਹ ਕਹਿੰਦੇ ਜੀ ਸਾਡਾ ਤਾਂ ਵਟ ਦਾ ਰੌਲਾ ਹੀ ਕੋਈ ਨਹੀਂ ਔਰ ਵਟ ਦੇ ਪਾਣੀ ਦੇ ਰੌਲੇ ਤਾਂ ਪਿੰਡਾਂ 'ਚ ਰੋਜ਼ ਪੈਂਦੇ ਫਿਰ ਕਦੇ ਇਹੋ ਜਿਹਾ ਕਤਲ ਹੁੰਦੇ ਵੇਖੇ ਤੁਸੀਂ ਜਦੋਂ ਰੌਲਾ ਹੀ ਕੋਈ ਨਹੀਂ ਤਾਂ ਫਿਰ ਇਸ ਗੱਲ ਦਾ ਕਤਲ ਕਿਹੜਾ ਛੋ ਇਹ ਸਾਰੀ ਗੱਲ ਦੀ ਜਾਂ ਤਾਂ ਪੁਲਿਸ ਐਸਐਚਓ ਨੂੰ ਇਮੀਡੀਏਟਲੀ ਸਸਪੈਂਡ ਕਿਉਂ ਸਸਪੈਂਡ ਕਿਉਂਕਿ ਬਗੈਰ ਆਪ ਦੀ ਮਰਜ਼ੀ ਦੇ ਉਹਦੇ ਬਿਆਨ ਨਹੀਂ ਪਰਿਵਾਰ ਦੇ ਬਿਆਨ ਨਹੀਂ ਔਰ ਆਹ ਮੁੰਡਾ ਤਾਂ ਕੰਬਾਈਨ ਤੇ ਗਿਆ ਸੀਗਾ ਜਿੱਥੋਂ ਸਾਈਨ ਕਰਾ ਲਿਓ ਉਹਦੇ ਔਰ ਦੂਜੀ ਗੱਲ ਕੱਲ ਆ ਕੇ ਇੱਥੇ ਸਾਰਾ ਉਹ ਸਾਰਾ ਕੁਝ ਜਿੱਥੇ ਉਹ ਬਹਿ ਕੇ ਪਲੈਨਿੰਗ ਹੋਈ ਮੁਰਗੀਖਾਨੇ 'ਚ ਜਿੱਥੇ ਉਹ ਬੈਠੇ ਸਨ 60 8 ਵਜੇ ਸਾਰੇ ਕੁਝ ਦੀ ਸਫਾਈ ਕਰ ਗਏ ਸਾਰੇ ਸਬੂਤ ਹੀ ਮਿਟਾ ਆ ਕੇ ਔਰ ਇਹ ਕਹਿੰਦੇ ਜੀ ਪੁਲਿਸ ਕਹਿੰਦੀ ਅਸੀਂ ਭਜਾਇਆ ਕਾਹਦਾ ਭਜਾਇਆ ਜੀ ਉਹ ਸਾਰੇ ਇੱਥੇ ਕੋਈ ਕਿੱਧਰ ਤੁਰਿਆ ਫਿਰਦਾ ਕੋਈ ਕਿੱਧਰ ਤੁਰਿਆ ਇਹਨਾਂ ਨੂੰ ਕਹਿੰਦਾ ਚੁੱਪ ਕਰ ਜਿਓ ਨਹੀਂ ਤਾਂ ਤੁਹਾਡੇ 'ਚ ਹੋਰ ਨਹੀਂ ਕੋਈ ਲੱਭੂ ਇੰਨਾ ਹਾਲਾਤਾਂ 'ਚ ਅੱਜ ਅੱਜ ਜੰਗਲ ਰਾਜ ਹੈ ਪੰਜਾਬ 'ਚ ਔਰ ਇਹ ਕਲੀਅਰ ਹਿਊਮਨ ਰਾਈਟਸ ਵਾਇਲੇਸ਼ਨ ਉਹ ਦਿਨ ਮਾੜੇ ਉਹ ਮਾੜਾ ਸਮਾਂ ਅੱਜ ਇਹਨਾਂ ਦੀ ਸਰਕਾਰ ਲਿਆਉਣਾ ਚਾਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਅੱਜ ਅਸੀਂ ਸਾਰੇ ਆਏ ਆ ਇੱਥੇ ਕਾਲੋ ਸਾਹਿਬ ਲੋਧੀ ਨੰਗਲ ਸਾਹਿਬ ਅਸੀਂ ਸਾਰੇ ਸੋਨੂ ਜੀ ਸਾਰੇ ਅਸੀਂ ਬੈਠੇ ਆ ਇਹ ਲੜਾਈ ਅਖੀਰ ਤੱਕ ਲੜੀ ਜਾਊਗੀ ਸੱਚਾਈ ਸਾਹਮਣੇ ਲਿਆਂਦੀ ਜਾਊਗੀ ਇਹ ਜਿਹੜਾ ਸਾਰਾ ਆ ਲੀਪਾ ਪੋਚੀ ਜਿਹੜਾ ਪੁਲਿਸ ਪੇਰਨ ਦੀ ਕੋਸ਼ਿਸ਼ ਕਰ ਰਹੀ ਆ ਇਹਦੇ ਅਸੀਂ ਸਖਤ ਇਹਦੇ ਖਿਲਾਫ ਲੜਾਈ ਲੜਾਂਗੇ ਕੋਟਾਂ ਤੱਕ ਆਪਦੀ ਗੱਲ ਲੈ ਕੇ ਜਾਵਾਂਗੇ ਜੇ ਡੀਜੀਪੀ ਸਾਹਿਬ ਨੇ ਸਾਨੂੰ ਇਹਦੇ 'ਚ ਨਹੀਂ ਇਨਸਾਫ ਦਿੱਤਾ ਕਿਉਂਕਿ ਕਿਸੇ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਜਿਹਦੇ ਘਰ ਚਾਹ ਪੀ ਕੇ ਗਿਆ ਉਸ ਉਹ ਮੁੰਡਾ ਆਪੜਾ ਬਜ਼ੁਰਗ ਆ ਬਲਵਿੰਦਰ ਸੋ ਔਰ ਮੁੰਡੇ ਚਾਚਾ ਜੀ ਚਾਚਾ ਜੀ ਕਹਿ ਰਿਹਾ ਤੇ ਫਿਰ ਕਿੱਥੋਂ ਐਡੀ ਗੱਲ ਹੋ ਗਈ ਸੋ ਅੱਜ ਮੈਂ ਪ੍ਰੈਸ ਨੂੰ ਵੀ ਅਪੀਲ ਕਰਦਾ ਹਾਂ ਕਿ ਇਹ ਅੱਜ ਇਹ ਪੰਜਾਬ ਜਿਹੜਾ ਨਵਾਂ ਪੰਜਾਬ ਇਹ ਕਾਂਗਰਸ ਤਿਆਰ ਕਰਦੀ ਫਿਰਦੀ ਹੈ ਜਿੱਚੇ ਹਾਲਾਤ ਤੁਹਾਡੇ ਸਾਹਮਣੇ ਕੀ ਬਣੇ ਪਿਆ ਚਾਹੇ ਉਹ ਐਸੀ ਜਗਮੇਲ ਸਿੰਘ ਆ ਔਰ ਇਹ ਤੋਂ ਪਹਿਲਾਂ 78 ਸਾਲ ਦੇ ਬਜ਼ੁਰਗ ਅਮਰਿਤਧਾਰੀ ਸਿੰਘ ਫੇਰ ਉਹ ਚੀਚੀ ਸਾਹਿਬ ਜਮਾ ਕਾਗਜ਼ ਚੱਕੀ ਫਿਰਦਾ ਰਾਤੀ ਤੁਹਾਡੀ ਗੀਤ ਵੀ ਇੱਕ ਬੱਡਲ ਹੋਇਆ ਜੀ ਰਾਤ ਉੱਥੇ ਆਪਣਾ ਪੰਡੋਰੀ ਪੰਡੋਰੀ ਸੰਦੀਪ ਅਮਨਦੀਪ ਜਾਂ ਸੰਦੀਪ ਮਨਦੀਪ ਉਹਦੇ ਵੀ 15 ਗੋਲੀਆਂ ਮਾਰੀਆਂ ਗਈਆਂ ਆ ਗੈਂਗਸਟਰ ਦੀ ਵੀ ਇਹਦੇ ਚ ਗੱਲ ਆ ਰਹੀ ਆ ਔਰ ਉਹ ਗੈਂਗਸਟਰ ਬੰਦਕੀ ਦੇ ਤੇ ਜੇਲ੍ਹ ਦੇ ਵਿਭਾਗ ਦੇ ਵਜ਼ੀਰ ਇਹ ਮੰਤਰੀ ਸਾਹਿਬ ਆਪ ਨੇ ਇਸ ਲਈ ਬੜਾ ਕੁਝ ਇਹਦੇ ਚੋਂ ਨਿਕਲ ਕੇ ਆ ਰਿਹਾ ਜੇ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹਾਈ ਕੋਰਟ ਮਾਨਿਟਰਡ ਹੋਵੇ ਤੇ ਫਿਰ ਬੜਾ ਕੁਝ ਨਿਕਲੂ ਜਾਂ ਸੀਬੀਆਈ ਇਨਕੁਆਇਰੀ ਹੋਵੇ ਤੇ ਇਹਦੇ ਚ ਨਿਕਲੂ ਸਾਰਾ ਕੁਝ ਹੀ ਕੁਝ ਹੋਰ ਇਹ ਕਵਰ ਆਪਰੇਸ਼ਨ ਪੁਲਿਸ ਕਰ ਰਹੀ ਹੈ ਔਰ ਸਭ ਨੂੰ ਪਤਾ ਕਿ ਜਿਹੜੀ ਪੁਲਿਸ ਲੋਕਲ ਲੱਗੀ ਉਹ ਕਿਹਨੇ ਥਾਣੇ ਕਿਹਨੇ ਤੇ ਪੁਲਿਸ ਕੌਣ ਲਵਾ ਰਿਹਾ ਡੀਐਸਪੀ ਕੌਣ ਲਵਾ ਰਿਹਾ ਉਹਨਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਦੱਸ ਦिए ਕਿ ਸਾਬਕਾ ਸਰਪੰਚ ਅਤੇ ਕਾਲੀਆ ਗੁੱਦ ਦਲਵੀਰ ਸਿੰਘ ਢਿਲਵਾ ਦਾ ਸੋਮਵਾਰ ਰਾਤ ਪਿੰਡ ਢਿਲਵਾ ਵਿਖੇ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਰਾਤ ਦਾ ਖਾਣਾ ਖਾ ਕੇ ਘਰ ਦੇ ਬਾਹਰ ਸੈਰ ਕਰ ਰਹੇ ਸਨ ਇਸ ਦੌਰਾਨ ਹਮਲਾਵਰਾਂ ਨੇ ਪਹਿਲਾ ਤਾਰ ਢਿਲਵਾ ਨੂੰ ਗੋਲੀਆਂ ਮਾਰੀਆਂ ਅਤੇ ਫਿਰ ਤੇਜ਼ ਤਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਜਿਸ ਨਾਲ ਢਿਲਵਾ ਦੀ ਮੌਤ ਹੋ ਗਈ ਸੀ ਗੁਰਦਾਸਪੁਰ ਤੋਂ ਰਵੀ ਕੁਮਾਰ ਪੰਜਾਬੀ ਲੋਕ ਚੈਨਲ